पूरे देश विच लॉकडाउन है। इस विच ही अमृतसर तों एक वड्डी खबर सामने आ रही है कि 12 मार्च नूं अपने बच्चियां समेत कनेडा तों आई जंडियाला गुरु कस्बा दी संबंधित महिला अपने बच्चियां समेत गायब हो गई है। ओह 12 मार्च नूं दिल्ली एयरपोर्ट ते उतरी सी। इस संबंध विच जद जंडियाला गुरु दी पुलिस ने महिला दे ससुराल तों पता कीता तां उन्हां नूं जानकारी मिली कि कमलजीत कौर नाम दी इह महिला पंजाब पहुंची ही नहीं है। पुलिस दा कहना है कि कमलजीत कौर दी कॉल डिटेल निकाली जा रही है। उन्हां दावा कीता है कि जल्द ही कमलजीत कौर नूं ट्रेस कर लिया जाएगा। ਗੱਲ ਵੀਰ ਜੀ ਇੱਦਾਂ ਹੋਈ ਆ, ਮੇਰੀ ਨੂੰਹ ਕਵਲਜੀਤ ਕੌਰ, ਪੋਤਰਾ ਅੰਗਦ ਸਿੰਘ ਅਤੇ ਪੋਤਰੀ ਸੁਖਮਨੀ ਕੌਰ, ਇਹ ਉੱਥੋਂ ਕਿਤੇ 11 ਤਰੀਕ ਨੂੰ ਕਨੇਡਾ ਤੋਂ ਬਿਨਾਂ ਦੱਸਿਆ ਮੇਰੇ ਬੇਟੇ ਨੂੰ ਉੱਥੋਂ ਆਈ ਆ, ਅਤੇ ਸਾਨੂੰ ਨਹੀਂ ਪਤਾ, ਨਾ ਮੇਰੇ ਬੇਟੇ ਨੂੰ ਪਤਾ, ਉੱਥੇ ਉਹਨਾਂ ਕੰਪਲੇਂਟ ਲਿਖਾਈ, ਉੱਥੇ ਉਹ ਲੱਭਦੇ ਫਿਰਦੇ ਸੀਗੇ, ਅਤੇ ਸਾਨੂੰ 1-4 ਨੂੰ ਇੱਥੇ ਸਾਡੇ ਘਰ ਮੁਲਾਜ਼ਮ ਆਏ ਆ, ਉਹਨਾਂ ਨੇ ਪੁੱਛਿਆ ਸਾਨੂੰ ਕਿ ਤੁਹਾਡੀ ਫੈਮਿਲੀ ਆਈ ਆ ਅਤੇ ਸਾਨੂੰ ਮਿਲਾਓ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਸਾਡੀ ਫੈਮਿਲੀ ਨਹੀਂ ਆਈ ਅਜੇ ਸਾਡੇ ਕੋਲ, ਅਤੇ ਉਹਨਾਂ ਨੇ ਕਹਿਣ ਤੋਂ ਬਾਵਜੂਦ ਫਿਰ ਮੈਂ ਉੱਥੇ ਥਾਣੇ ਕੰਟੈਕਟ ਕੀਤਾ, ਥਾਣੇ ਵਾਲਿਆਂ ਨੇ ਸਾਨੂੰ ਸਾਰਾ ਉਹਨਾਂ ਦਾ ਰਿਕਾਰਡ ਕੱਢ ਕੇ ਦਿੱਤਾ ਆ, ਜਿਵੇਂ ਕਿ ਉਹਨਾਂ ਦੇ ਪਾਸਪੋਰਟ ਨੰਬਰ ਸੀ, ਉਹਨਾਂ ਦੇ ਨਾਂ ਸੀ ਤਿੰਨਾਂ ਬੱਚਿਆਂ ਦੇ, ਅਤੇ ਅਸੀਂ ਉਸ ਤੋਂ ਬਾਅਦ ਫਿਰ 181 'ਤੇ ਕੰਪਲੇਂਟ ਵੀ ਕਰਾਈ ਆ, ਅਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਥਾਣੇ ਵੀ ਰਿਪੋਰਟ ਦਿੱਤੀ ਆ। ਅਤੇ ਵੀਰ ਜੀ ਮੈਨੂੰ ਥਾਣੇ ਦੇ ਚੱਕਰ ਲਾਉਂਦਿਆਂ ਨੂੰ ਅੱਜ 4 ਦਿਨ ਹੋ ਗਏ ਆ, ਅਤੇ ਮੇਰੀ ਕੋਈ ਸੁਣਵਾਈ ਨਹੀਂ ਹੋਈ। ਮੈਂ ਗੋਡਿਆਂ ਦੇ ਮਰੀਜ਼ ਹਾਂ, ਮੇਰੇ ਹਸਬੈਂਡ ਜਿਹੜੇ ਆ ਇਸ ਵੇਲੇ ਕਿਡਨੀ ਦੇ ਮਰੀਜ਼ ਆ, ਮੇਰਾ ਕੋਈ ਇੱਥੇ ਸੁਣਵਾਈ, ਬੇਟੇ ਮੇਰੇ ਦੋਵੇਂ ਬਾਹਰ ਆ ਵੀਰ ਜੀ, ਮੈਨੂੰ ਬੱਚੇ ਮੇਰੇ ਚਾਹੀਦੇ ਆ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਜਿੱਥੇ ਵੀ ਹੈਗੇ ਆ ਨਾ, ਜਿਵੇਂ ਵੀ ਹੈਗੇ ਆ, ਮੈਂ ਕਵਲ 'ਤੇ ਵੀ ਅੱਗੇ ਹੱਥ ਜੋੜਦੀ ਵੀ ਪੁੱਤ ਮੇਰੇ ਬੱਚੇ ਲੈ ਕੇ ਘਰ ਆ ਜਾ, ਮੈਂ ਤੇਰੇ ਨਾਲ ਸਾਰੇ ਗੱਲਾਂ ਤੋਂ ਐਗਰੀ ਹੋਊਂ। ਤੁਹਾਨੂੰ ਨਹੀਂ ਲੱਗਦਾ ਜਿਵੇਂ ਕਰੋਨਾ ਵਾਇਰਸ ਜੈਸੀ ਬਿਮਾਰੀ ਚੱਲ ਰਹੀ ਆ ਅਤੇ ਹੋ ਸਕਦਾ ਵੀਰ ਜੀ ਉੱਥੇ ਕਿਤੇ ਐਸੋਲੀਨ ਕਿ ਐਸੋਸੀਏਸ਼ਨ ਕਿਤੇ ਕਿੱਥੇ ਉੱਥੇ ਵੀ ਹੋ ਸਕਦੀ ਆ, ਅਤੇ ਪੁਲਿਸ ਸਾਨੂੰ ਕੁਛ ਪਤਾ ਕਰਕੇ ਨਹੀਂ ਦੇ ਰਹੀ, ਅਤੇ ਅਸੀਂ ਆਪਣੇ ਲੈਵਲ 'ਤੇ ਰਾਜਸਥਾਨ ਸੀ ਪਤਾ ਕੀਤਾ, ਸਾਨੂੰ ਕਹਿੰਦੇ ਰਾਜਸਥਾਨ ਸੀ ਆਏ ਆ, ਅਸੀਂ ਰਾਜਸਥਾਨ ਸੀ, ਮੈਂ ਅਤੇ ਉਹਦਾ ਭਰਾ ਗੁਰਨੇਕ ਅਸੀਂ ਉੱਥੇ ਗਏ ਹਾਂ, ਉੱਥੇ ਉਹਨਾਂ ਨੇ ਕਿਹਾ ਕਿ ਇੱਥੇ ਨਹੀਂ ਆਏ, ਇਹ ਫਲਾਈਟ ਦਾ ਨੰਬਰ ਵੀ ਉਹਨਾਂ ਦਿੱਤਾ ਕਿ ਇਹ ਫਲਾਈਟ ਜਿਹੜੀ ਆ ਉੱਥੇ ਦੀ ਆ, ਆਪਣੇ ਦਿੱਲੀ ਆਈ ਆ, ਅਤੇ ਵੀਰ ਜੀ ਸਾਨੂੰ ਕੁਛ ਨਹੀਂ ਪਤਾ ਲੱਗ ਰਿਹਾ, ਜੇ ਮੇਰੇ ਬੱਚੇ ਘਰ ਨਾ ਆਏ ਅਸੀਂ ਸੁਸਾਈਡ ਕਰ ਲੈਣਾ, ਪੁਲਿਸ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕਰਨ ਡਿਆ। ਤੁਹਾਡੇ ਬੇਟੇ ਦੀ ਮੈਰਿਜ ਨੂੰ ਕਿੰਨਾ ਚਿਰ ਹੋ ਗਿਆ? ਮੇਰੇ ਬੇਟੇ ਦੀ ਮੈਰਿਜ ਨੂੰ ਕੋਈ 14 ਸਾਲ ਹੋ ਗਏ ਆ। ਤੇ ਕੈਨੇਡਾ ਕਦੋਂ ਗਿਆ ਸੀ? ਕੈਨੇਡਾ ਮੇਰਾ ਬੇਟਾ ਪਹਿਲਾਂ 3 ਸਾਲ ਲਾ ਕੇ ਆਇਆ, ਉਸ ਤੋਂ ਬਾਅਦ ਆਇਆ ਇਹਨਾਂ ਨੂੰ ਲੈਣ ਆਇਆ, PR ਲੈ ਕੇ ਬੱਚਿਆਂ ਨੂੰ ਲੈਣ ਆਇਆ, ਉਹ ਪਹਿਲਾਂ ਚਲਿਆ ਗਿਆ 10-20 ਦਿਨ, ਇਹ 10-20 ਦਿਨ ਇਹਨਾਂ ਦੀ ਟਿਕਟ ਬਾਅਦ ਸੀ 21 ਜੁਲਾਈ ਨੂੰ ਮੈਂ ਵੀਰ ਜੀ ਆਪ ਇਹਨਾਂ ਨੂੰ ਚੜ੍ਹਾ ਕੇ ਆਈ ਹਾਂ, ਆਪ ਇਹਨਾਂ ਨੂੰ ਤੋਰਿਆ ਹੱਥੀਂ, ਅਤੇ ਬੜੀ ਖੁਸ਼ੀ ਗਈ ਆ। ਰਸਤੇ 'ਚ ਵੀ ਦਿੱਲੀ ਜਾ ਕੇ ਵੀ ਮੈਨੂੰ ਫੋਨ ਕੀਤਾ ਕਿ ਮੰਮਾ ਮੈਂ ਦਿੱਲੀ ਏਅਰਪੋਰਟ ਅੰਦਰ ਪਹੁੰਚ ਗਈ ਹਾਂ, ਸਾਡੀ ਬੋਟਿੰਗ ਹੋ ਗਈ ਆ, ਅਤੇ ਅਸੀਂ ਹੁਣ ਜਹਾਜ਼ 'ਚ ਬਹਿਣ ਵਾਲੇ ਹਾਂ, ਜੇ ਮੇਰਾ ਫੋਨ ਨਾ ਲੱਗਾ ਤਾਂ ਮੰਮੀ ਮੈਂ ਤੁਹਾਨੂੰ ਉੱਥੇ ਜਾ ਕੇ ਕਰੂੰ, ਉੱਥੇ ਜਾ ਕੇ ਇੱਕ ਫੋਨ ਵੀ ਕੀਤਾ ਆ, ਕੰਟੈਕਟ ਮੇਰਾ ਇਹਦੇ ਨਾਲ ਹੁੰਦਾ ਰਿਹਾ ਵੀਰ ਜੀ। ਮੈਨੂੰ ਨਹੀਂ ਪਤਾ ਮੇਰੇ ਬੱਚੇ 6 ਮਹੀਨੇ ਬਾਅਦ, 7-8 ਮਹੀਨੇ ਇਹ ਗੱਲ ਇੱਦਾਂ ਹੋਈ ਵੀਰ ਜੀ, ਮੇਰਾ ਬੇਟਾ ਕੈਨੇਡਾ ਰਹਿੰਦਾ ਸੀਗਾ 3-4 ਸਾਲ ਤੋਂ, ਮੇਰੀ ਨੂੰਹ ਕਵਲਜੀਤ ਕੌਰ, ਮੇਰਾ ਪੋਤਰਾ ਅਤੇ ਮੇਰੀ ਪੋਤਰੀ, ਇਹ ਆ 21 ਕੈਨੇਡਾ, ਅਤੇ ਉੱਥੇ ਬੜੇ ਸੋਹਣੇ ਰਹਿ ਰਹੇ ਸੀਗੇ, ਅਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ 11 ਤਰੀਕ ਨੂੰ 12-13 ਤਰੀਕ ਨੂੰ ਮੈਨੂੰ ਸੁਣ ਮੇਰੇ ਬੇਟੇ ਨੇ ਫੋਨ ਕੀਤਾ, ਇੱਥੇ ਕੈਨੇਡਾ ਸੀਗਾ, ਕੋਈ ਨਹੀਂ ਲੱਭ ਲੈਂਦੇ ਤੁਸੀਂ ਟੈਨਸ਼ਨ ਨਾ ਲਿਓ। ਚਲੋ ਅਸੀਂ ਇਸੇ ਚੱਕਰ 'ਚ ਰਹੇ ਵੀ ਚਲੋ ਉੱਥੇ ਉਹਦੇ ਰਿਸ਼ਤੇਦਾਰ, ਉਹਦਾ ਭਰਾ ਵੀ ਸੀਗਾ ਉਹਦੇ ਕੋਲ, ਹੋ ਗਈ ਉਹਦੇ ਹੋਰ ਦੀ ਮਾਸੀ ਦੀ ਧੀ ਆ ਉਹਦਾ ਕੀ ਨਾ, ਅਤੇ ਉਹਨਾਂ ਦੇ ਲੱਭਦੇ ਰਹੇ ਆ, ਉਹਨਾਂ ਨੇ ਉੱਥੇ ਮੁੜ ਕੇ ਕੰਪਲੇਂਟ ਵੀ ਕੀਤੀ ਆ ਪੁਲਿਸ ਦੇ, ਪੁਲਿਸ ਨੇ ਇਹ ਨਹੀਂ ਦੱਸਿਆ ਕਿ ਉਹ ਇੰਡੀਆ ਆਈ ਆ, ਜਦੋਂ ਉਹਨੂੰ ਪਤਾ ਹੀ ਨਹੀਂ ਸੀਗਾ, ਹੈ ਨਾ। ਅਤੇ ਇਹ ਸਾਡੇ ਘਰ 1 ਅਪ੍ਰੈਲ ਨੂੰ 3 ਮੁਲਾਜ਼ਮ ਕਿੰਨਾ ਦੀ ਤੁਹਾਡੀ ਨੂੰਹ ਦੀ? ਹਾਂ ਮੇਰੇ ਕੋਲ ਹੈਗੀ ਆ, ਦਿਖਾਇਓ ਜੀ ਤਸਵੀਰ। ਉਹ ਜੀ ਕਮਲਜੀਤ ਕੌਰ ਜਿਹੜੀ ਆ ਉਹ ਦਿੱਲੀ ਏਅਰਪੋਰਟ 'ਤੇ ਉਤਰੀ ਆ ਜੀ, ਅਤੇ ਉਹਦੇ ਅਸੀਂ ਦਿੱਲੀ ਦੇ ਰਿਕਾਰਡ ਮੁਤਾਬਕ ਉਹਦੇ ਘਰ ਪਤਾ ਕਰਨ ਗਏ ਵੀ ਇਹ ਘਰ ਪਹੁੰਚੀ ਆ ਕਿ ਨਹੀਂ, ਕਿ ਕਿੱਥੇ ਇਹਦਾ ਮੈਡੀਕਲ ਕਰਾਉਣਾ ਵਾ, ਅਤੇ ਪਰ ਸਾਨੂੰ ਪਤਾ ਲੱਗਾ ਵੀ ਉਹ ਘਰ ਵੀ ਨਹੀਂ ਅਜੇ ਪਹੁੰਚੀ ਇੱਥੇ ਜੰਡਿਆਲੇ ਗੁਰੂ ਜੀ। ਕਿੰਨੇ ਤਰੀਕ ਨੂੰ ਆਈ ਸੀ ਜੀ? ਇਹ 12-3 ਨੂੰ ਆਈ ਆ ਜੀ, ਹੁਣ ਅਸੀਂ ਇਹਦੀਆਂ ਕਾਲ ਡੇਲਾਂ ਕਢਾ ਰਹੇ ਹਾਂ ਵੀ 12-3 ਉੱਥੋਂ ਦਿੱਲੀ ਇਹਨੂੰ ਕਿੰਨੇ ਰਿਸੀਵ ਕੀਤਾ ਵਾ ਅਤੇ ਕਿੱਥੇ ਰਹਿ ਰਹੀ ਆ, ਅਤੇ ਜੋ ਬਣਦੀ ਕਾਰਵਾਈ ਆ ਉਹ ਅਸੀਂ ਕਰ ਰਹੇ ਹਾਂ, ਅਤੇ ਫਿਰ ਵੀ ਦਿੱਲੀ ਦਾ ਹੋਊਗਾ ਪਰ ਅਸੀਂ ਇੱਥੇ ਲੇਡੀਜ਼ ਹੋਣ ਕਰਕੇ ਇਹਨਾਂ ਦੀ ਹੈਲਪ ਜਿਹੜੀ ਆ ਕਰ ਰਹੇ ਹਾਂ। FIR ਦਰਜ ਵੀ ਕੀਤੀ ਗਈ ਹੈ ਜੀ? ਨਹੀਂ FIR ਨਹੀਂ ਅਜੇ ਜੀ, ਅਜੇ ਤਾਂ ਇਹਨਾਂ ਦਾ ਕਲੀਅਰ ਉੱਥੋਂ ਕਰਾਂਗੇ ਵੀ ਕਿਸੇ ਨਾ ਕਿਸੇ ਵਾਰਸ ਦੇ ਹਵਾਲੇ ਹੋਈ ਹੋਊਗੀ ਜ਼ਰੂਰ ਜੀ ਦਿੱਲੀ ਏਅਰਪੋਰਟ ਤੋਂ, ਅਤੇ ਮੇਰੇ ਹਿਸਾਬ ਨਾਲ ਕਰਕੇ ਬੰਦ ਕਰਕੇ ਹੋ ਸਕਦਾ ਦਿੱਲੀ ਕਿਤੇ ਕਮਰਾ ਲੈ ਕੇ ਰਹਿ ਰਹੀ ਹੋਵੇ।